ਇਹ ਪਰਚੇਜ਼ਿੰਗ ਇੰਡੀਆ ਤੋਂ ਆਪਾਂ ਇੰਪੋਰਟ ਹੋਈ ਹੋਈ ਹੈ ਜੀ, ਜਰਮਨੀ ਤੋਂ ਇੰਪੋਰਟ ਹੋਈ ਹੈ ਜੀ। ਭਾਈ ਕੋਲ ਪਹਿਲਾਂ ਵੀ ਪੌਸ਼ ਸੀ ਜੀ ਇੱਕ ਹੋਰ ਇਹਦੇ ਨਾਲ, ਫਿਰ ਇਹ ਉਹਨੇ ਸਪੋਰਟਸ ਲਈ ਸੀਗੀ ਜੀ ਕਾਰ, ਤਾਂ ਉਹਦਾ ਸ਼ੌਂਕ ਹੀ ਸੀਗਾ ਸਪੋਰਟਸ ਕਾਰਾਂ ਦਾ, ਤਾਂ ਹੀ ਉਹਨੇ ਇਹ ਬਾਈ ਕੀਤੀ ਸੀ। ਇਸ ਤੋਂ ਇਲਾਵਾ ਵੀ ਅਸੀਂ ਦੇਖ ਰਹੇ ਹਾਂ ਕਿ ਇੱਕ ਜੀਪ ਫੋਰਡ ਜਿਹੜੀ ਹੈ ਇਹ ਬਿਲਕੁਲ ਚਲਾਉਂਦੇ ਸੀ ਜੀ, ਇਹ 1968 ਮਾਡਲ ਫੋਰਡ ਆ। 54 'ਚ ਅਸੀਂ ਇੱਕ ਸੌਂਗ ਜਿਹੜਾ ਸੀਗਾ ਜੀ ਵੈਲੀ ਗਾਣਾ, ਉਹਦੇ ਵਿੱਚ ਇਹ ਯੂਜ਼ ਕੀਤੀ ਸੀ। ਫਸਟ ਟਾਈਮ ਲੁਧਿਆਣੇ ਖੜੀ ਆ ਉਹ, ਅਸੀਂ ਹੁਣ ਇਹਨੂੰ ਤਿਆਰ ਕਰਵਾਉਣ ਲੱਗੀ, ਉਹ ਤਿਆਰ ਕਰਵਾ ਕੇ ਹੋ ਗਈ ਇਹਨਾਂ ਦੇ ਨਾਲ ਹੀ ਉਹ ਵੀ ਖੜੀ ਕਰਾਂਗੇ। ਇਹੋ ਜਿਹੀ ਜਗ੍ਹਾ ਬਣਾਓਗੇ ਜਿੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦੀ ਯਾਦਗਾਰ ਕੁਛ ਇਸ ਤਰ੍ਹਾਂ ਬਣਾ ਜਾ ਰਹੇ ਹੋ, ਜਿੱਥੇ ਇਹ ਗੱਡੀਆਂ ਖੜੀਆਂ ਕੀਤੀਆਂ ਜਾਣਗੀਆਂ, ਜਾਂ ਹੋਰ ਵੀ ਉਹਨਾਂ ਦੀਆਂ ਜਿਹੜੇ ਕੋਈ ਇਸ ਤਰ੍ਹਾਂ ਚੀਜ਼ਾਂ ਨੇ ਜਿਹਨੂੰ ਉਹ ਹਮੇਸ਼ਾ ਯੂਜ਼ ਕਰਦੇ ਸੀ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਕੁਲਵੀਰ ਰਾਹੀ। ਕੌਮ ਦੇ ਹੀਰੇ ਦੀਪ ਸਿੱਧੂ ਅੱਜ ਸਾਡੇ ਵਿੱਚ ਨਹੀਂ ਹੈ, ਲੇਕਿਨ ਉਹਨਾਂ ਦੀਆਂ ਨਿਸ਼ਾਨੀਆਂ ਅਤੇ ਯਾਦਾਂ ਉਹ ਹਮੇਸ਼ਾ ਬਣੀਆਂ ਰਹਿਣਗੀਆਂ। ਇੱਧਰ ਤਸਵੀਰਾਂ ਤੁਹਾਨੂੰ ਦਿਖਾਈਏ, ਅੱਜ ਲੁਧਿਆਣਾ ਦੇ ਪੰਜਾਬੀ ਭਵਨ ਦੇ ਵਿੱਚ ਉਹਨਾਂ ਦੀ ਯਾਦਗਾਰ ਜਿਹੜੀ ਆ ਉਹਨਾਂ ਦੇ ਗੱਡੀਆਂ ਨੇ ਉਹ ਉਹਨਾਂ ਦੇ ਪਰਿਵਾਰ ਵੱਲੋਂ ਲੈ ਕੇ ਆਈਆਂ ਗਈਆਂ ਨੇ। ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਹ ਗੱਡੀ ਜਿਹੜੀ ਹੈ ਦੀਪ ਸਿੱਧੂ ਦੀ ਖਾਸ ਗੱਡੀ ਸੀ ਜਿਸ ਨੂੰ ਉਹ ਚਲਾਉਂਦੇ ਸੀ, ਜਿਸ ਵਿੱਚ ਬਹਿ ਕੇ ਉਹ ਸਫ਼ਰ ਕਰਦੇ ਸੀ, ਅਤੇ ਉਹਨਾਂ ਦੀਆਂ ਬਹੁਤ ਜ਼ਿਆਦਾ ਯਾਦਾਂ ਜਿਹੜੀਆਂ ਇਸ ਗੱਡੀ ਦੇ ਨਾਲ ਜੁੜੀਆਂ ਨੇ। ਅਤੇ ਉਹਨਾਂ ਦੇ ਭਰਾ ਜਿਹੜੇ ਨੇ ਮਨਦੀਪ ਸਿੱਧੂ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਮਨਦੀਪ ਜੀ ਸਵਾਗਤ ਹੈ ਤੁਹਾਡਾ ਪਹਿਲਾਂ ਤੇ, ਬਹੁਤ ਵੱਡੀ ਕਮੀ ਮਹਿਸੂਸ ਹੋ ਰਹੀ ਹੈ ਦੀਪ ਸਿੰਘ ਜੀ, ਲੇਕਿਨ ਉਹਨਾਂ ਦੀ ਯਾਦਾਂ ਜਿਹੜੀਆਂ ਉਹਨਾਂ ਦੇ ਗੱਡੀਆਂ ਨੇ ਉਹ ਤੁਸੀਂ ਅੱਜ ਇੱਥੇ ਲੈ ਕੇ ਆਏ ਹੋ, ਕਿਸ ਮਕਸਦ ਨਾਲ? ਇਹ ਤਾਂ ਅਸੀਂ ਬਾਈ ਦੀ ਜਿਹੜੀਆਂ ਯਾਦਾਂ ਜੀ ਉਹ ਇੱਥੇ ਲੈ ਕੇ ਆਏ ਹਾਂ ਵੀ ਸਾਰੀ ਸਾਧ ਸੰਗਤ ਉਹਨਾਂ ਦੇ ਦਰਸ਼ਨ ਕਰ ਸਕੇ, ਕਿਉਂਕਿ ਮੈਨੂੰ ਬਹੁਤ ਫੋਨ ਆ ਰਹੇ ਹੈ ਕਿ ਜਗ੍ਹਾ ਜਗ੍ਹਾ ਤੋਂ ਵੀ ਅਸੀਂ ਬਾਈ ਦੀ ਕਾਰ ਦੇਖਣੀ ਆ, ਤਾਂ ਮੈਂ ਅੱਜ ਇੱਥੇ ਆਪਾਂ ਪੰਜਾਬੀ ਭਵਨ ਜਿਹੜਾ ਬਲੱਡ ਕੈਂਪ ਆਰਗੇਨਾਈਜ਼ ਕੀਤਾ ਤਾਂ ਹੀ ਇੱਥੇ ਅਸੀਂ ਗੱਡੀਆਂ ਲੈ ਕੇ ਆਏ। ਜਿਹੜੀ ਗੱਡੀ ਹੈ ਕੀ ਨਾਂ ਹੈ ਇਸ ਗੱਡੀ ਦਾ, ਕਿੱਥੋਂ ਲੈ ਕੇ ਆਏ ਸੀ? ਉਹਨਾਂ ਨੇ ਇੰਡੀਆ ਤੋਂ ਖਰੀਦੀ ਸੀ ਕਿ ਬਾਹਰੋਂ ਲੈ ਕੇ ਆਏ? ਇਹ ਪਰਚੇਜ਼ਿੰਗ ਇੰਡੀਆ ਤੋਂ ਆਪਾਂ ਇੰਪੋਰਟ ਹੋਈ ਹੋਈ ਹੈ ਜੀ, ਜਰਮਨੀ ਤੋਂ ਇੰਪੋਰਟ ਹੋਈ ਹੈ। ਇਹ ਗੱਡੀ ਕੀ ਲਈ, ਕੀ ਨਾਂ ਹੈ? ਪੋਰਸ਼ 911 ਆ, ਸਪੋਰਟਸ। ਸਿੱਧੂ ਭਾਈ ਜਿਹੜੇ ਸੀ ਉਹਨੂੰ ਪਸੰਦ ਕਰਦੇ ਸੀ, ਚਲਾਉਂਦੇ ਹੋਣਗੇ ਕਾਫੀ, ਤੇ ਕਿੱਦਾਂ ਦਾ ਮਹਿਸੂਸ ਕਰਦੇ ਸੀ ਜਦੋਂ ਇਸ ਵਿੱਚ ਬਹਿੰਦੇ ਸੀ, ਕਦੀ ਜ਼ਿਕਰ ਆਇਆ? ਨਹੀਂ, ਇਹ ਤਾਂ ਹੁਣ ਬਾਈ ਕੋਲ ਪਹਿਲਾਂ ਵੀ ਪੌਸ਼ ਸੀਗੀ ਇੱਕ ਹੋਰ ਇਹਦੇ ਨਾਲ, ਫਿਰ ਇਹ ਉਹਨੇ ਸਪੋਰਟਸ ਲਈ ਸੀਗੀ ਜੀ ਕਾਰ, ਤਾਂ ਉਹਦਾ ਸ਼ੌਂਕ ਹੀ ਸੀਗਾ ਸਪੋਰਟਸ ਕਾਰਾਂ ਦਾ, ਤਾਂ ਹੀ ਉਹਨੇ ਇਹ ਬਾਈ ਕੀਤੀ ਸੀ। ਇਸ ਤੋਂ ਇਲਾਵਾ ਵੀ ਅਸੀਂ ਦੇਖ ਰਹੇ ਹਾਂ ਕਿ ਇੱਕ ਜੀਪ ਫੋਰਡ ਜਿਹੜੀ ਹੈ ਉਹ ਵੀ ਇੱਥੇ ਤੁਸੀਂ ਲੈ ਕੇ ਆਇਓ, ਅਤੇ ਉਹ ਵੀ ਦਿਖਾਵਾਂਗੇ ਦਰਸ਼ਕਾਂ ਨੂੰ ਕਿ ਜਿਹੜੇ ਬਾਈ ਦੀਪ ਸਿੱਧੂ ਦੀਆਂ ਗੱਡੀਆਂ ਸੀ, ਅਤੇ ਉਹ ਤੁਸੀਂ ਦੇਖ ਸਕਦੇ ਹੋ ਕਿ ਜੀਪ ਜਿਹੜੀ ਹੈ ਉਹ ਇੱਥੇ ਖੜ੍ਹੀ ਹੈ, ਅਤੇ ਇਸ ਜੀਪ ਨੂੰ ਵੀ ਇੱਥੇ ਲੈ ਕੇ ਆਇਆ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਨੂੰ ਦਿਖਾਉਣ ਵਾਸਤੇ ਕਿ ਦੀਪ ਸਿੱਧੂ ਜੋ ਹੈ ਇਸ ਗੱਡੀ ਦੇ ਵਿੱਚ ਵੀ ਬਹਿੰਦੇ ਸੀ, ਯਾਦਾਂ ਆਉਂਦੀਆਂ ਉਹਨਾਂ ਦੀਆਂ ਜੁੜੀਆਂ ਹੋਈਆਂ। ਇੱਕ ਪੋਸਟਰ ਵੀ ਜਿਹੜਾ ਹੈ ਉੱਥੇ ਲਗਾਇਆ ਗਿਆ ਉਹਨਾਂ ਦੀ ਫੋਰਡ ਜੀਪ 'ਤੇ, ਕਿੱਥੋਂ ਇਹ ਜੀਪ ਲੈ ਕੇ ਆਏ ਸੀ, ਕਿਉਂਕਿ ਇਸ ਦਾ ਜਿਹੜਾ ਸਟੇਅਰਿੰਗ ਹੈ ਉਹ ਜਿਹੜਾ ਵਿਦੇਸ਼ਾਂ ਵਿੱਚ ਗੱਡੀਆਂ ਚੱਲਦੀਆਂ ਨੇ ਉਸ ਤਰਫ ਦੇ, ਇਹ ਗੱਡੀ ਜਿਹੜੀ ਹੈ ਫੋਰਡ ਜੀਪ ਜਿਹੜੀ ਹੈ ਉਹਨਾਂ ਦੀ ਯਾਦ ਜੁੜੀ ਹੈ ਉਹਨਾਂ ਦਾ। ਇਹ ਬਿਲਕੁਲ ਚਲਾਉਂਦੇ ਸੀ ਜੀ, ਇਹ 1968 ਮਾਡਲ ਫੋਰਡ ਆ, ਇਹ ਲੈਫਟ ਹੈਂਡ ਡਰਾਈਵ ਆ ਜੀ। ਬਾਹਰੋਂ ਲੈ ਕੇ ਆਏ ਸੀ? ਨਹੀਂ ਜੀ, ਇਹ ਇੱਥੋਂ ਹੀ ਲਈ ਸੀਗੀ, ਇਹ ਸਕ੍ਰੈਪ ਲਿਆ ਸੀ ਅਸੀਂ, ਉਸ ਤੋਂ ਬਾਅਦ ਇਹਨੂੰ ਤਿਆਰ ਕਰਵਾਇਆ। ਦੱਸਿਆ ਜਾ ਰਿਹਾ ਕਿ ਕਿਸੇ ਫਿਲਮ ਵਿੱਚ ਵੀ ਇਸ ਜੀਪ ਦਾ ਜੋ ਹੈ ਯੂਜ਼ ਕੀਤੀ ਗਈ ਹੈ? 54 'ਚ ਅਸੀਂ ਇੱਕ ਸੌਂਗ ਜਿਹੜਾ ਸੀਗਾ ਜੀ ਵੈਲੀ ਗਾਣਾ, ਉਹਦੇ ਵਿੱਚ ਇਹ ਯੂਜ਼ ਕੀਤੀ ਗਈ। ਉਹ ਖੁਦ ਵੀ ਮਤਲਬ ਵੈਸੇ ਵੀ ਚਲਾਉਂਦੇ ਹੋਣਗੇ, ਕਿਉਂਕਿ ਜੇ ਇੱਥੇ ਦਿਖਾਈ ਜਾਵੇ ਜੀਪ ਜੋ ਹੈ ਕਿ ਉਹਦੇ ਵਿੱਚ ਕਈ ਆਈਟਮ ਇਸ ਤਰ੍ਹਾਂ ਦੇ ਲਗਾਏ ਗਏ, ਇੱਕ ਸ਼ੌਂਕਿਆ ਜਿਹੜੀ ਜੀਪ ਤਿਆਰ ਕੀਤੀ ਗਈ ਉਹਨਾਂ ਵੱਲੋਂ। ਬਿਲਕੁਲ, ਇਹ ਸ਼ੌਂਕਿਆ ਹੀ ਚੀਜ਼ ਸੀਗੀ ਜੀ, ਸ਼ੌਂਕ ਵਜੋਂ ਤਿਆਰ ਕਰਾਈ ਗਈ ਚੀਜ਼ ਸੀਗੀ। ਕਿੰਨਾ ਕੁ ਮਿਸ ਕਰ ਰਹੇ ਹੋ ਬ੍ਰਦਰ ਨੂੰ? ਦੇਖੋ, ਮਿਸ ਤਾਂ ਹੁਣ ਉਹਦੇ 'ਤੇ ਮੇਰੀ ਤਾਂ ਕੋਈ ਵਰਡ ਵੀ ਨਹੀਂ ਹੈ ਜੀ, ਮੈਂ ਵਰਡ 'ਚ ਐਕਸਪ੍ਰੈਸ ਕਰਕੇ ਤੁਹਾਨੂੰ ਦੱਸ ਸਕਦਾ ਮੈਂ ਕਿੰਨਾ ਮਿਸ ਕਰਦਾ। ਸਕਾਰਪੀਓ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ ਸੀ, ਉਹ ਗੱਡੀ ਇਸ ਸਮੇਂ ਕਿੱਥੇ ਖੜੀ ਹੈ, ਤੇ ਕੀ ਲੋਕ ਉਹਨਾਂ ਨੂੰ ਦੇਖਣ ਆ ਰਹੇ ਨੇ? ਉਹ ਵੀ ਦੇਖਣ ਬਹੁਤ ਆ ਰਹੇ ਆ ਜੀ, ਪਰ ਉਹ ਇਸ ਟਾਈਮ ਲੁਧਿਆਣੇ ਖੜੀ ਆ, ਉਹ ਅਸੀਂ ਹੁਣ ਇਹਨੂੰ ਤਿਆਰ ਕਰਵਾਉਣ ਲੱਗੇ ਜੀ, ਉਹ ਤਿਆਰ ਕਰਵਾ ਕੇ ਉਹ ਵੀ ਇਹਨਾਂ ਦੇ ਨਾਲ ਹੀ ਉਹ ਵੀ ਖੜੀ ਕਰਾਂਗੇ। ਕਿੰਨੀਆਂ ਕੋਈ ਗੱਡੀਆਂ ਨੇ ਦੀਪ ਸਿੱਧੂ ਜਿਹੜੀਆਂ ਇਸ ਤਰ੍ਹਾਂ ਦੀ, ਦੋ ਤੇ ਇੱਥੇ ਨਜ਼ਰ ਆ ਰਹੀਆਂ ਨੇ, ਇਸ ਤੋਂ ਇਲਾਵਾ ਵੀ ਕੋਈ ਗੱਡੀਆਂ? ਇੱਕ ਕਾਰ ਹੋਰ ਬੰਬੇ ਆ ਜੀ, ਉੱਥੇ ਨੋਰਮਲ ਆਪਣੀ ਇੰਡੀਅਨ ਕਾਰ ਹੀ ਹੈਗੀ ਆ, ਅਤੇ ਬਸ ਇੱਕ ਸਕਾਰਪੀਓ ਚਾਰ ਕਾਰਾਂ ਸੀਗੀ। ਇਹੋ ਜਿਹੀ ਜਗ੍ਹਾ ਬਣਾਓਗੇ ਜਿੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦੀ ਯਾਦਗਾਰ ਕੁਛ ਇਸ ਤਰ੍ਹਾਂ ਬਣਾ ਜਾ ਰਹੇ ਹੋ, ਜਿੱਥੇ ਇਹ ਗੱਡੀਆਂ ਖੜੀਆਂ ਕੀਤੀਆਂ ਜਾਣਗੀਆਂ, ਜਾਂ ਹੋਰ ਵੀ ਉਹਨਾਂ ਦੀਆਂ ਜਿਹੜੇ ਕੋਈ ਇਸ ਚੀਜ਼ਾਂ ਨੇ ਜਿਹਨੂੰ ਉਹ ਹਮੇਸ਼ਾ ਯੂਜ਼ ਕਰਦੇ ਸੀ, ਉਹ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਨੇ ਉਹਨਾਂ ਦੇ ਜਿਹੜੇ ਚਾਹਣ ਵਾਲੇ ਨੇ ਉਹ ਦੇਖਣਾ ਚਾਹੁੰਦੇ? ਬਿਲਕੁਲ, ਸਾਰੀਆਂ ਚੀਜ਼ਾਂ, ਇਹ ਗੱਡੀਆਂ ਵੀ ਅਸੀਂ ਘਰੇ ਇਹਨਾਂ ਦਾ ਸੈਪਰੇਟ ਕਰਕੇ ਜੀ ਇੱਕ ਗਲਾਸ ਅਤੇ ਕੈਬਨ ਟਾਈਪ ਬਣਾ ਕੇ ਅਸੀਂ ਉੱਥੇ ਖੜੀਆਂ ਕਰਾਂਗੇ ਜੀ। ਇਹ ਭਾਈ ਦੀਆਂ ਸਾਰੀਆਂ ਚੀਜ਼ਾਂ ਸਾਰੀਆਂ ਪ੍ਰਜ਼ਰਵ ਕਰੀਆਂ, ਇੱਕ ਤਰ੍ਹਾਂ ਨਾਲ ਰੱਖੀਆਂ, ਸਾਂਭ ਕੇ ਰੱਖੀਆਂ ਉਹਨਾਂ ਨੂੰ। ਹੁਣ ਮੌਕੇ ਸਭ ਠੀਕ ਆ, ਥੋੜ੍ਹਾ ਟਾਈਮ ਪਾ ਕੇ ਅਸੀਂ ਜਿਵੇਂ ਜਿਵੇਂ ਉਹਨਾਂ ਨੂੰ ਲੋਕਾਂ ਨੂੰ ਸੰਗਤ ਨੂੰ ਦਿਖਾਉਣ ਲਈ ਕਰ ਸਕਾਂਗੇ, ਉਹ ਜ਼ਰੂਰ ਕਰਾਂਗੇ। ਉਹਨਾਂ ਦੀ ਯਾਦ ਵਿੱਚ ਕੁਝ ਹੋਰ ਵੀ ਇਸ ਚੀਜ਼ ਬਣਾਈ ਜਾ ਰਹੀ ਹੈ ਜਿੱਥੇ
ਜਿਹੜੇ ਉਹਨਾਂ ਦੇ ਚਾਹਣ ਵਾਲੇ ਆ ਸਕਣ ਤੇ ਉਹਨਾਂ ਦੀ ਜੀਵਨ ਨੂੰ ਜੋ ਹੈ ਜੀ ਸਕਣ ਦੇਖਣ ਨਜ਼ਦੀਕ ਤੋਂ। ਨਹੀਂ ਹਜੇ ਇਸ ਬਾਰੇ ਇਸ ਟੂ ਅਰਲੀ ਮੈਂ ਦੱਸ ਨਹੀਂ ਸਕਦਾ, ਪਰ ਠੀਕ ਹੈ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਜਿਹੜਾ ਹੁਣ ਅਸੀਂ ਦੀਪ ਸਿੱਧੂ ਮੈਮੋਰੀਅਲ ਟਰੱਸਟ ਬਣਾਇਆ ਹੈਗਾ ਉਹਦੇ ਜੋ ਟਰੱਸਟੀਜ਼ ਆ ਜਾਂ ਉਹਦੇ ਮੈਨੇਜਿੰਗ ਕਮੇਟੀ ਉਹਨਾਂ ਨਾਲ ਡਿਸਾਈਡ ਕਰਕੇ ਜੋ ਫਰਦਰ ਹੋਇਆ ਅਸੀਂ ਜ਼ਰੂਰ ਕਰਾਂਗੇ। ਬਿਲਕੁਲ, ਜੋ ਅਸੀਂ ਉਹਨਾਂ ਦੇ ਬ੍ਰਦਰ ਸਾਡੇ ਨਾਲ ਸੀ ਮਨਦੀਪ ਸਿੱਧੂ ਜੀ, ਇੱਕ ਤੁਹਾਨੂੰ ਗੱਡੀਆਂ ਫਿਰ ਤੋਂ ਦਿਖਾ ਦਈਏ ਕਿ ਇਹ ਗੱਡੀਆਂ ਜਿਹੜੀਆਂ ਉਹਨਾਂ ਵੱਲੋਂ ਦੀਪ ਸਿੱਧੂ ਜੋ ਹੈ ਇਸ ਗੱਡੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ, ਇੱਕ ਫਿਲਮ ਜਿਹੜੀ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਗਾਣਾ ਜਿਹੜਾ ਇਸ 'ਤੇ ਫਿਲਮਾਇਆ ਸੀ ਅਤੇ ਅੱਜ ਇਹ ਲੁਧਿਆਣਾ ਦੇ ਪੰਜਾਬੀ ਭਵਨ ਦੇ ਵਿੱਚ ਕਿਉਂਕਿ ਉਹਨਾਂ ਦੀ ਯਾਦਗਾਰ ਉਹਨਾਂ ਦੀ ਯਾਦ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਉਸ ਨੂੰ ਉਸ ਦੇ ਵਿੱਚ ਲੈ ਕੇ ਆਏ ਨੇ ਕਿ ਜਿਹੜੇ ਉਹਨਾਂ ਦੇ ਚਾਹੁਣ ਵਾਲੇ ਨੇ ਉਹਨਾਂ ਦੇ ਜਿਹੜੇ ਪਿਆਰ ਕਰਦੇ ਨੇ ਉਹ ਉਹਨਾਂ ਦੀ ਇਸ ਗੱਡੀ ਨੂੰ ਦੇਖ ਸਕਣ ਅਤੇ ਜੀਪ ਜਿਹੜੀ ਹੈ ਫੋਰਡ ਜੀਪ ਜਿਹੜੀ ਉਹ ਤੁਹਾਨੂੰ ਦਿਖਾ ਰਹੇ ਹਾਂ। ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਉਹਨਾਂ ਦੀ ਬੜੀ ਪਿਆਰੀ ਗੱਡੀ ਸੀ ਉਹ ਵੀ ਇੱਥੇ ਨਜ਼ਰ ਆ ਰਹੀ ਹੈ, ਲੋਕ ਉਹਨਾਂ ਨੂੰ ਦੇਖ ਰਹੇ ਨੇ, ਚਾਹਣ ਵਾਲੇ ਫੋਟੋਆਂ ਵੀ ਖਿੱਚ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇਹ ਗੱਡੀ ਵੀ ਜਿਹੜੀ ਹੈ ਉਹ ਅਕਸਰ ਇਸਤੇਮਾਲ ਕਰਦੇ ਸੀ ਅਤੇ ਅੱਜ ਇਹ ਯਾਦਾਂ ਬਣ ਕੇ ਰਹਿ ਗਈਆਂ। ਦੀਪ ਸਿੱਧੂ ਦੇ ਜਿਹੜੇ ਭਰਾ ਸੀ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਉਹਨਾਂ ਦੀਆਂ ਗੱਡੀਆਂ ਨੇ ਉਹਨਾਂ ਨੂੰ ਯਾਦਗਾਰ ਦੇ ਰੂਪ ਵਿੱਚ ਜਿਹੜਾ ਇੱਕ ਰੱਖਿਆ ਜਾਏਗਾ ਅਤੇ ਉਹਨਾਂ ਦੇ ਹੋਰ ਵੀ ਜਿਹੜੇ ਸਮਾਨ ਨੇ ਜਿਹੜਾ ਉਹਨਾਂ ਦੀਆਂ ਚੀਜ਼ਾਂ ਨੇ ਜਿਹਨਾਂ ਨੂੰ ਉਹ ਵਰਤਦੇ ਸੀ ਉਹਨਾਂ ਨੂੰ ਜੋ ਹੈ ਉਹਨਾਂ ਨੂੰ ਵੀ ਸੰਭਾਲ ਕੇ ਰੱਖਿਆ ਜਾਏਗਾ ਅਤੇ ਇੱਕ ਮਿਊਜ਼ੀਅਮ ਬਣਾ ਕੇ ਉਸ ਵਿੱਚ ਗੱਡੀਆਂ ਰੱਖੀਆਂ ਜਾਣਗੀਆਂ। ਅਤੇ ਗੱਲਬਾਤ ਕਰੀਏ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਉਹਨਾਂ ਦੀ ਐਕਸੀਡੈਂਟਲ ਸਕਾਰਪੀਓ ਉਸ ਨੂੰ ਵੀ ਜੋ ਹੈ ਹੁਣ ਮੁਰੰਮਤ ਉਹਦੀ ਠੀਕ ਕਰਾਇਆ ਜਾ ਰਿਹਾ ਅਤੇ ਉਸ ਦੇ ਬਾਅਦ ਇਹਨਾਂ ਗੱਡੀਆਂ ਦੇ ਨਾਲ ਉਸ ਗੱਡੀ ਨੂੰ ਵੀ ਦਰਸ਼ਨਾਂ ਲਈ ਰੱਖਿਆ ਜਾਏਗਾ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਕੁਲਵੀਰ ਰਾਹੀ D5 ਚੈਨਲ ਪੰਜਾਬੀ ਲੁਧਿਆਣਾ। ਹੋਵੇਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਜਲਦਾ ਰਿਹਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸਿਰਫ D5 ਚੈਨਲ ਪੰਜਾਬੀ ਤੇ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ, ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ। ਇਹ ਪਰਚੇਜ਼ਿੰਗ ਇੰਡੀਆ ਤੋਂ ਆਪਾਂ ਇੰਪੋਰਟ ਹੋਈ ਹੋਈ ਹੈ ਜੀ, ਜਰਮਨੀ ਤੋਂ ਇੰਪੋਰਟ ਹੋਈ ਹੈ। ਭਾਈ ਕੋਲ ਪਹਿਲਾਂ ਵੀ ਪੌਸ਼ ਸੀ ਜੀ ਇੱਕ ਹੋਰ ਇਹਦੇ ਨਾਲ, ਫਿਰ ਇਹ ਉਹਨੇ ਸਪੋਰਟਸ ਲਈ ਸੀਗੀ ਜੀ ਕਾਰ, ਤਾਂ ਉਹਦਾ ਸ਼ੌਂਕ ਹੀ ਸੀਗਾ ਸਪੋਰਟਸ ਕਾਰਾਂ ਦਾ, ਤਾਂ ਹੀ ਉਹਨੇ ਇਹ ਬਾਈ ਕੀਤੀ ਸੀ। ਇਸ ਤੋਂ ਇਲਾਵਾ ਵੀ ਅਸੀਂ ਦੇਖ ਰਹੇ ਹਾਂ ਕਿ ਇੱਕ ਜੀਪ ਫੋਰਡ ਜਿਹੜੀ ਹੈ ਇਹ ਬਿਲਕੁਲ ਚਲਾਉਂਦੇ ਸੀ ਜੀ, ਇਹ 1968 ਮਾਡਲ ਫੋਰਡ ਆ। 54 'ਚ ਅਸੀਂ ਇੱਕ ਸੌਂਗ ਜਿਹੜਾ ਸੀਗਾ ਜੀ ਵੈਲੀ ਗਾਣਾ ਉਹਦੇ ਵਿੱਚ ਇਹ ਯੂਜ ਕੀਤੀ ਸੀ। ਫਸਟ ਟਾਈਮ ਲੁਧਿਆਣੇ ਖੜੀ ਆ ਉਹ, ਅਸੀਂ ਹੁਣ ਇਹਨੂੰ ਤਿਆਰ ਕਰਵਾਉਣ ਲੱਗੀ, ਉਹ ਤਿਆਰ ਕਰਵਾ ਕੇ ਉਹ ਵੀ ਇਹਨਾਂ ਦੇ ਨਾਲ ਹੀ ਉਹ ਵੀ ਖੜੀ ਕਰਾਂਗੇ। ਇਹੋ ਜਿਹੀ ਜਗ੍ਹਾ ਬਣਾਓਗੇ ਜਿੱਥੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦੀ ਯਾਦਗਾਰ ਕੁਛ ਇਸ ਤਰ੍ਹਾਂ ਬਣਾਉਣ ਜਾ ਰਹੇ ਹੋ ਜਿੱਥੇ ਇਹ ਗੱਡੀਆਂ ਖੜੀਆਂ ਕੀਤੀਆਂ ਜਾਣਗੀਆਂ, ਜਾਂ ਹੋਰ ਵੀ ਉਹਨਾਂ ਦੀਆਂ ਜਿਹੜੇ ਕੋਈ ਇਸ ਚੀਜ਼ਾਂ ਨੇ ਜਿਹਨੂੰ ਉਹ ਹਮੇਸ਼ਾ ਯੂਜ਼ ਕਰਦੇ ਸੀ।